ਖੁਸ਼ੀ ਹੋਈ ਹੈ ਜੀ। 39 ਸਾਲ ਬਾਅਦ ਕਾਂਗਰਸ ਨੇ ਫਿਰੋਜ਼ਪੁਰ 'ਚ ਵਾਪਸੀ ਕੀਤੀ ਹੈ ਅਤੇ ਮੈਂ ਧੰਨਵਾਦ ਕਰਦਾ, ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦਾ ਕਿ ਉਹਨਾਂ ਨੇ ਸਾਡੇ ਸਿਰ 'ਤੇ ਅਪਾਰ ਕਿਰਪਾ ਕੀਤੀ ਹੈ, ਪਾਰਟੀ ਨੇ ਟਿਕਟ ਦਿੱਤੀ ਅਤੇ ਫਿਰ ਸਾਰੇ ਜਿਹੜੇ ਸਾਡੇ ਲੀਡਰ ਹੈ, ਆਗੂ ਹੈ, ਜਿੰਨੇ ਹਲਕਾ ਇੰਚਾਰਜ ਹੈ, ਨੇਤਾ ਜੀ ਨੇ, ਆਸ਼ੂ ਜੀ, ਡਾਕਟਰ ਮੋਹਨ ਸਿੰਘ ਜੀ ਖੜ੍ਹੇ, ਸਾਰੇ ਜਗਿੰਦਰ ਜੀ, ਹੋਰ ਜਿੰਨੇ ਵੀ ਸਾਡੇ ਕਾਂਗਰਸ ਪਾਰਟੀ ਦੇ ਆਗੂ ਹੈ, ਸਾਰਿਆਂ ਨੇ ਤਗੜੇ ਹੋ ਕੇ ਸਾਡਾ ਸਾਥ ਦਿੱਤਾ ਅਤੇ ਜਿਸ ਕਰਕੇ ਸੀਟ ਜਿਵੇਂ ਟਿਕਟ ਔਖੀ ਮਿਲੀ ਹੈ ਉਹ ਜਦੋਂ ਬੜੀ ਔਖੀ ਮਿਲੀ ਹੈ, ਕੀ ਲੱਗਦਾ? ਨਹੀਂ ਦੇਖੋ, ਇਹ ਕੋਈ ਔਖੀ ਨਹੀਂ ਹੈ। ਮੈਂ ਸਮਝਦਾ ਕਿ ਜਿਹੜਾ ਬੰਦਾ ਲੜਾਈ ਲੜ ਕੇ ਜਿੱਤਦਾ ਉਹਦਾ ਸਵਾਦ ਹੋਰ ਹੁੰਦਾ। ਕਬਾਇਆ ਨਾਲ ਸੀ ਸਾਰਿਆਂ ਦੇ ਲੜਾਈ ਤਾਂ ਮੇਰੇ ਨਾਲ ਲੜਦੇ ਰਹੇ ਅਤੇ ਫਿਰ ਸਾਰੇ ਸਿੱਟੇ ਥੱਲੇ ਚੱਕ ਕੇ ਅਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ ਅਤੇ ਇਲੈਕਸ਼ਨ ਜਿੱਤਿਆ। ਫਿਰੋਜ਼ਪੁਰ ਦੇ ਕਿਹੜੇ ਮੁੱਦੇ ਲੋਕ ਸਭਾ 'ਚ ਉਠਾਉਂਗੇ ਤੁਸੀਂ? ਲੋਕ ਸਭਾ ਦੇ ਮੁੱਦੇ ਕਾਫੀ ਹੈ, ਮੇਰੇ ਪਿਛਲੇ ਟਾਈਮ ਦੇ ਕਾਫੀ ਵੈ, ਸਾਡੇ ਇੱਥੋਂ ਦੀ PGI ਫਿਰੋਜ਼ਪੁਰ 'ਚ ਅਸੀਂ ਬਣਾਉਣੀ ਹੈ, ਕੈਂਸਰ ਦਾ ਹਸਪਤਾਲ ਸਾਡੇ ਫਾਜ਼ਿਲਕਾ ਪੈਂਡਿੰਗ ਪਿਆ, ਇਸੇ ਤਰ੍ਹਾਂ ਪੀਣ ਵਾਲੇ ਪਾਣੀ ਦੀ ਹੈ, ਬਾਰਡਰ ਦੇ ਨਹਿਰਾਂ ਦਾ ਪਾਣੀ ਹੈ, ਜ਼ਮੀਨਾਂ ਦਾ ਕੰਮ ਹੈ, ਇਸੇ ਤਰ੍ਹਾਂ ਹੋਰ ਜਿਹੜੇ ਸਾਡੇ ਮੁਕਤਸਰ ਮਲੋਟ 'ਚ ਕਾਫੀ ਕੈਂਸਰ ਹੈ ਉਹਨਾਂ ਵਾਸਤੇ ਜਿਹੜਾ ਕੰਮ ਕਰਨਾ ਬਾਕੀ ਪਿਆ। ਮੇਨ ਇੱਕ ਸਾਡੇ ਇੰਪਲਾਇਮੈਂਟ ਜਿਹੜੀ ਹੈ ਬੱਚਿਆਂ ਵਾਸਤੇ ਉਹਦਾ ਬੜਾ ਜ਼ਰੂਰੀ ਹੈ, ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸੈਂਟਰ ਸਾਡੀ ਸਰਕਾਰ ਬਣ ਜਾਣੀ ਹੈ ਅਤੇ ਸਰਕਾਰ ਤੋਂ ਫਿਰ ਵੱਧ ਤੋਂ ਵੱਧ ਇਸ ਏਰੀਏ ਦੀ ਡਿਵੈਲਪਮੈਂਟ ਵਾਸਤੇ ਫੰਡ ਵੀ ਲਿਆਵਾਂਗੇ ਅਤੇ ਲੋਕਾਂ ਦਾ ਰੁਜ਼ਗਾਰ ਹੋ ਸਕੇ। ਇੰਡੀਆ ਗਠਬੰਧਨ ਨੂੰ ਕਿਵੇਂ ਦੇਖਦੇ ਹੋ ਅੱਜ ਜਿਹੜਾ ਨਿਕਲ ਕੇ ਆ ਰਹੇ ਸੀਗੇ, ਅੱਜ ਬੜੇ ਵੱਡਾ ਉਹਨਾਂ ਨੂੰ ਮਿਲਿਆ? ਐਗਜ਼ਿਟ ਪੋਲ ਸਾਰੇ ਫੇਲ ਹੋ ਗਏ ਜੀ, ਕਿਵੇਂ? ਦੇਖੋ ਜੀ, ਉਹ ਐਗਜ਼ਿਟ ਪੋਲ ਨਹੀਂ ਸੀ, ਉਹ ਮੋਦੀ ਪੋਲ ਸੀ। ਉਹ ਮੋਦੀ ਨੇ ਕਹਿ ਕੇ ਕਿਹਾ ਸੀ ਕਿ ਵੀ ਮੇਰੀਆਂ ਇੰਨੀਆਂ ਸੀਟਾਂ ਤੁਸੀਂ ਜਿਤਾ ਦਿਓ, ਲੋਕ ਕਨਫਿਊਜ਼ ਹੋ ਜਾਣਗੇ, ਪਤਾ ਨਹੀਂ ਕਿ ਵੋਟਾਂ ਸ਼ਾਇਦ ਮੇਰੇ ਡੱਬੇ ਪੈ ਜਾਣਗੀਆਂ। ਪਰ ਉਹ ਸਾਡੀ ਕਾਂਗਰਸ ਪਾਰਟੀ ਦੀ ਅਗਲੇ ਦਿਨ ਹੀ ਰਾਹੁਲ ਗਾਂਧੀ ਜੀ, ਖੜਗੇ ਜੀ, ਬੇਨੂ ਜੀ, ਸਾਰੀ ਸੀਨੀਅਰ ਲੀਡਰਸ਼ਿਪ ਨੇ ਮੀਟਿੰਗ ਸਾਡੇ ਔਨਲਾਈਨ ਮੀਟਿੰਗ ਹੋਈ ਹੈ, 2 ਘੰਟੇ ਚੱਲੀ, ਉਹਦੇ ਸਾਰਾ ਡਿਟੇਲ ਨਾਲ ਦੇਖਿਆ ਤਾਂ ਉਹਦੇ 'ਚ ਸਾਨੂੰ 300 ਤੋਂ ਪਾਰ ਸੀਟਾਂ ਵੈਸੇ ਹੀ ਲੱਗ ਰਹੀਆਂ ਸੀ, ਇਸ ਕਰਕੇ ਜਿਹੜੀ ਹੈ ਉਹਦੀ ਇੱਕ ਹਵਾ ਨਿਕਲੀ ਹੈ ਮੋਦੀ ਦੀ ਝੂਠ ਬੋਲਣ ਦੀ। ਫਿਰੋਜ਼ਪੁਰ ਦਾ ਬਾਰਡਰ ਖੁਲਵਾਉਂਗੇ ਜੀ? ਬਿਲਕੁਲ ਜੀ, ਬਾਰਡਰ ਖੁਲਾਉਣਾ ਤਾਂ ਪੂਰਾ ਯਤਨ ਕਰਾਂਗੇ। ਸਭ ਤੋਂ ਪਰਮਾਤਮਾ ਦੇ ਸਿਰ 'ਤੇ ਜੀ, ਪਰਮਾਤਮਾ ਨੇ ਸਾਨੂੰ ਆਸ਼ੀਰਵਾਦ ਦਿੱਤਾ ਅਤੇ ਲੋਕਾਂ ਨੇ ਸਾਨੂੰ ਸਾਥ ਦਿੱਤਾ। ਰਾਜਸਿੱਖ ਬਰਾਦਰੀ 4.5 ਲੱਖ ਵੋਟ ਹੈ, ਉਹ ਵੋਟ ਤੁਹਾਨੂੰ ਬਹੁਤ ਘੱਟ ਪਈ, ਕਿੱਦਾਂ ਦੇਖਦੇ? ਨਹੀਂ ਜੀ, ਵੋਟ ਕਾਫੀ ਪਈ ਹੈ, ਰਾਜਸਿੱਖ ਭਰਾ ਦੀ ਵੋਟ 4.5 ਲੱਖ ਪਾਸੇ ਹੋ ਜਾਂਦੀ ਅਤੇ ਫਿਰ ਮੈਂ ਜਿੱਤ ਕੇ ਕਿਵੇਂ ਆਉਂਦਾ? ਉਹਨਾਂ ਨੇ ਵੋਟ ਪਾਈ ਹੈ, ਦੂਜੀਆਂ ਕਮਿਊਨਿਟੀਆਂ ਨੇ ਉਹਦੇ ਬਰਾਬਰ ਵੋਟਾਂ ਪਾ ਕੇ ਮੈਨੂੰ ਕਾਲਿਆ। ਸਰ, ਜਿੱਤ ਪ੍ਰਾਪਤ ਕੀਤੀ, ਤੁਹਾਡਾ ਪਹਿਲਾ ਪਹਿਲ ਕਦਮੀ ਕੰਮ ਕੀ ਹੋਏਗਾ ਸਰ? ਮੇਰਾ ਹਾਂਜੀ ਜੀ ਸਰ, ਜਿੱਤ ਪ੍ਰਾਪਤ ਕੀਤੀ ਹੈ, ਪਹਿਲਾ ਕਦਮੀ ਤੁਹਾਡਾ ਕੰਮ ਕੀ ਹੋਏਗਾ? ਦੇਖੋ, ਮੇਰਾ ਸਭ ਤੋਂ ਪਹਿਲਾਂ ਤਾਂ ਲੋਕਾਂ ਦੇ ਬੱਚਿਆਂ ਦੀ ਇੰਪਲਾਇਮੈਂਟ ਦਾ, ਬਾਰਡਰ ਖੁਲਾਉਣ ਦਾ, ਜਿਹੜਾ ਸਾਡਾ ਹੁਸੈਨੀ ਵਾਲਾ ਬਾਰਡਰ ਹੈ ਇਹ ਖੁਲਾਉਣ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਪੀਣ ਵਾਲਾ ਪਾਣੀ ਅਤੇ ਨਹਿਰੀ ਪਾਣੀ, ਇਹ ਸਾਡੇ ਕਈ ਹੈ, ਕੋਈ ਇੱਕ ਇਕੱਲਾ ਕੰਮ ਨਹੀਂ ਹੈ। ਜਿਵੇਂ ਹਸਪਤਾਲ ਤੁਹਾਨੂੰ ਦੱਸ ਰਿਹਾ, PGI ਦਾ ਬੜਾ ਜ਼ਰੂਰੀ ਇੱਥੇ ਲੋੜ ਹੈ, ਕੈਂਸਰ ਬੜੀ ਇੱਥੇ ਇਸ ਇਲਾਕੇ ਫੈਲੀ ਹੋਈ ਹੈ, ਉਹਦੇ ਵਾਸਤੇ ਸਾਨੂੰ ਕੰਮ ਕਰਨ ਦੀ ਲੋੜ ਹੈ। ਫਾਜ਼ਿਲਕਾ ਦਾ ਜਿਹੜਾ ਹਸਪਤਾਲ ਹੈ ਉਹ 50 ਕਰੋੜ ਦਵਿੰਦਰ ਕਬਾਇਆ ਪਿਛਲੀ ਵਾਰ ਲਿਆ ਕੇ ਦਿੱਤਾ ਸੀ, ਉਸ ਤੋਂ ਬਾਅਦ ਕੋਈ ਫੰਡ ਨਹੀਂ ਆਏ, ਉਹਦੇ ਵਾਸਤੇ ਅਸੀਂ ਯਤਨ ਕਰਾਂਗੇ ਪੂਰੇ ਪੈਸੇ ਲਿਆ ਕੇ ਉਸ ਨੂੰ ਕੰਪਲੀਟ ਕਰਾਇਆ ਜਾਵੇ ਅਤੇ ਲੋਕਾਂ ਦੀ ਹੈਲਥ ਦਾ ਕੰਮ। ਥੈਂਕ ਯੂ।